ਅਲਟੀਮੇਟਲੀ 93 ਦੇ ਵਿੱਚ ਅ ਸਪਟੰਬਰ ਅਕਤੂਬਰ ਚ ਕਮਿਸ਼ਨ ਨੇ ਆਪਣੀ ਰਿਪੋਰਟ ਫਿਰ ਸੁਪਰੀਮ ਕੋਰਟ ਨੂੰ ਦੇਤੀ ਜਿਹਦੇ ਚੋਂ ਨੇ ਇਹ ਪੰਜ ਅਫੀਸਰ ਇਨਡਿਕਟ ਕੀਤੇ ਜਿਨ੍ਹਾਂ ਵਿੱਚ ਐਸਪੀਐਸ ਬਸਰਾ ਐਸਪੀ ਪ੍ਰੇਸ਼ਨ ਅਜੀਤ ਸਿੰਘ ਸੰਧੂ ਡੀਐਸਪੀ ਉਹ ਸੋਲੇ ਜਿਹੜਾ ਸੀ ਉਹ ਬਾਅਦ ਚ ਐਸਐਸਪੀ ਬਣਿਆ ਹੈ ਤੇ ਬਸਰਾ ਅੱਜ ਕੱਲ ਬਾਅਦ ਚ ਪ੍ਰਮੋਟ ਹੋ ਗਿਆ ਡੀਆਈਜੀ जसपाल सिंह डी एस पी हो गया सी सीताराम और सरदूल सिंह जेड़ एस एच ओ टांडा से उस वे बाद एस पी बन गया से इंडिक्ट करके फिर सुप्रीम कोर्ट ने ही एफ आई आर लॉन्च कराई उन्होंने ऑर्डर किया टू रजिस्टर एफ आई आर अंडर थ्री सिक्सटी फोर